ਸਾਡੇ ਸਪੈਸ਼ਲ ਸ਼ੋਅ ਚ ਜਾਣਾਂਗੇ ਭਾਜੀ ਇਹ ਦੇਖੋ ਜੀ ਡੋਲੇ ਦੇਖੋ ਠੀਕ ਹੈ ਬਾਡੀ ਦੇਖੋ ਐਬ ਦੇਖੋ ਐਵਰੀਥਿੰਗ ਇਜ਼ ਫਿਟ ਐਂਡ ਫਾਈਨ ਐਂਡ ਆਈ ਐਮ ਵੈਰੀ ਐਕਸਾਈਟਿਡ ਭਾਜੀ ਨਹੀਂ ਐਕਸਾਈਟਿਡ ਤਾਂ ਮੈਂ ਵੀ ਬਹੁਤ ਹਾਂ ਕਿ ਮੈਂ ਇੱਕ ਸਰਪ੍ਰਾਈਜ਼ ਇੰਟਰਵਿਊ ਸ਼ੂਟ ਕਰਨਾ ਆ ਕਿਉਂਕਿ ਮੈਨੂੰ ਪਹਿਲਾਂ ਸੀਗਾ ਮੁਨੀਸ਼ ਕੱਲ੍ਹ ਆਉਣਾ ਮੈਂ ਤਿਆਰੀ ਕਰਕੇ ਆਊਂਗਾ ਮੈਂ ਕੋਈ ਤਿਆਰੀ ਕਰਕੇ ਨਹੀਂ ਆਇਆ ਨਾ ਡੋਲੇ ਕੱਢ ਕੇ ਆਪਣੀ ਸਿੰਪਲ ਟੀ ਸ਼ਰਟ ਪਾ ਕੇ ਆਇਆ ਕਿਹੜਾ ਸ਼ਡਿਊਲ ਦੱਸ ਲਓ ਆਪਣਾ ਆਪਾਂ ਕ੍ਰੋਸਫਿਟ ਦਾ ਸੈਸ਼ਨ ਲਾਵਾਂਗੇ ਜਿਹੜਾ 10 ਮਿੰਟ ਦੀ ਐਕਸਰਸਾਈਜ਼ ਹੈਗੀ ਹੈ 5 ਮਿੰਟ ਵਾਰਮ ਅਪ ਹੋਣ ਤੋਂ ਬਾਅਦ ਜਦੋਂ ਆਪਾਂ ਸੈਸ਼ਨ ਲਾਉਂਦੇ ਹਾਂ ਮਨੀਸ਼ ਜੀ ਉਹਦੇ ਵਿੱਚ ਆਪਾਂ 10 15 5 ਜਿੰਨੀ ਵੀ ਐਕਸਰਸਾਈਜ਼ ਇਨਕਲੂਡ ਕਰ ਲੈਂਦੇ ਹਾਂ ਉਹ ਇਨਕਲੂਡ ਕਰਕੇ ਉਹ 2 ਮਿੰਟ ਦੇ ਵਿੱਚ ਲੱਗਣ ਚਾਹੇ 5 1 ਮਿੰਟ ਦੇ ਵਿੱਚ ਲੱਗਣ ਰੈਗੂਲਰ ਐਕਸਰਸਾਈਜ਼ ਲਾਉਣੀ ਆ 10-10 ਰੈਪੂਟੇਸ਼ਨ 12-12 ਰੈਪੂਟੇਸ਼ਨ 1 ਮਿੰਟ ਦੇ ਰੈਸਟ ਤੋਂ ਬਾਅਦ 3 ਵਾਰੀ ਰਿਪੀਟ ਕਰ ਦਿਓ 10 ਮਿੰਟ ਦੇ ਵਿੱਚ ਐਕਸਰਸਾਈਜ਼ ਖਤਮ ਹੈ ਸੋ ਸਭ ਤੋਂ ਪਹਿਲਾਂ ਕੀ ਕਿੱਦਾਂ ਸ਼ੁਰੂ ਕਰੀਏ ਭਾਜੀ 10 ਆਈ ਐਮ ਵੈਰੀ ਐਕਸਾਈਟਿਡ ਕਿ 10 ਮਿੰਟ ਦੇ ਅੰਦਰ ਆਈ ਕੈਨ ਮੇਕ ਮਾਈ ਬਾਡੀ ਮੈਂ ਕਰਦਾ ਜਾਂਦਾ ਤੁਸੀਂ ਵੇਖ ਲਿਓ ਬਿਲਕੁਲ ਜੀ ਜੋ ਦਿਮਾਗ 'ਚ ਹੋਊਗਾ ਆਪਾਂ ਕਰਾਂਗੇ ਫਿਰ ਜਥਾਪੀ ਅੱਛਾ ਮੰਨੂ ਦਿਓ ਇੱਕ ਹੋਰ ਦੱਬ ਕੇ ਮਾਰ ਦਿਓ ਇੱਕ ਹੋਰ ਦੱਬ ਕੇ ਮਾਰ ਦਿਓ ਭਾਈ ਜੀ ਵਾਰਮ ਅਪ ਹੋਣ ਦਾ ਬਹੁਤ ਵਧੀਆ ਤਰੀਕਾ ਹੈ ਪਹਿਲਾਂ ਆਪਾਂ ਥੋੜ੍ਹਾ ਜਿਹਾ ਵਾਰਮ ਅਪ ਕਰਾਂਗੇ ਠੀਕ ਹੈ ਨੈਕਸਟ ਐਕਸਰਸਾਈਜ਼ ਆਪਾਂ ਉਹ ਪਾਵਰ ਲਈ ਅੱਛਾ ਹਰ ਇੱਕ ਐਕਸਰਸਾਈਜ਼ ਲਈ ਸਟੈਮਿਨਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਆਪਾਂ ਬਰੀਦ ਉਹ ਕਰ ਰਹੇ ਹਾਂ ਆਪਾਂ ਐਕਸਰਸਾਈਜ਼ ਥੋੜ੍ਹਾ ਜਿਹਾ ਮਾਹੌਲ 'ਚ ਨਹੀਂ ਸ਼ੁਰੂ ਕੀਤੀ ਸ਼ੁਰੂ ਸ਼ੁਰੂ 'ਚ ਸਾਹ ਚੜ੍ਹਦਾ ਹੀ ਹੈ ਸੋ ਇਹ ਟਾਇਰ ਹੈਗਾ ਦਿਸ ਇਜ਼ ਆਲ ਸਿੰਬਲ ਆਫ ਪਾਵਰ ਬਹੁਤ ਸਾਰੀ ਆਡੀਅੰਸ ਸਾਡੀ ਉਹ ਹਫ਼ਤੇ ਨੂੰ ਫੋਲੋ ਕਰਦੀ ਹੈ ਓਕੇ ਸੋ ਜਿਹੜੀ ਹੁਣ ਐਕਸਰਸਾਈਜ਼ ਦੱਸਣ ਚੱਲਿਆ ਨਾਲ ਉਹ ਤੁਹਾਡੇ ਚੈਸਟ ਦੀ ਜਿਹੜੀ ਸ਼ੇਪ ਹੈ ਸਾਰੀ ਚੈਸਟ ਦੀ ਸ਼ੇਪ ਇਹਨੂੰ ਵੀ ਇਨਕਲੂਡ ਕਰ ਵਧੀਆ ਬਣਾਉਂਦੇ ਆ ਪਲੱਸ ਤੁਹਾਡੇ ਟ੍ਰਾਈਸੈਪਸ ਕਾਫੀ ਹੈਲਪ ਕਰਦੀ ਹੈ ਦੋਨੋਂ ਚੀਜ਼ਾਂ ਦੇ ਵਿੱਚ ਸੋ ਆਈਲ ਸ਼ੋਅ ਯੂ ਨਾਓ ਮੈਂ 2000 ਤੋਂ ਐਕਸਰਸਾਈਜ਼ ਦੇ ਵਿੱਚ ਹਾਂ ਹਾਂ 2000 ਤੋਂ ਬਾਡੀ ਮੇਨਟੇਨ ਕੀਤੀ ਹੋਈ ਹੈ ਸੋ ਮੈਂ ਕਰ ਕਰਕੇ ਵੇਖਿਆ ਹਰ ਇੱਕ ਚੀਜ਼ ਨੂੰ ਈਵਨ ਆਹ ਮੁੰਡੇ ਜਿਹੜੇ ਸਟੂਡੈਂਟਸ ਅੱਜ ਕੱਲ੍ਹ ਆਉਂਦੇ ਨੇ ਹੈ ਨਾ ਉਹਨਾਂ ਤੋਂ ਰਿਕਵਰੀ ਨਹੀਂ ਹੋ ਪਾਉਂਦੇ ਬਹੁਤ ਗਲਤ ਗੱਲ ਹੈ ਸਟੀਰੋਇਡਸ ਬਿਲਕੁਲ ਨਹੀਂ ਲੈਣੇ ਸਟੂਡੈਂਟਸ ਨਹੀਂ ਲੈਣੇ ਚਾਹੀਦੇ ਜੇ ਲਓ ਵੀ ਕਿਸੇ ਬਹੁਤ ਹੀ ਜ਼ਿਆਦਾ ਪ੍ਰੋਫੈਸ਼ਨਲ ਦੇ ਅੰਡਰ ਉਹਦੀ ਟ੍ਰੀਟਮੈਂਟ ਦੇ ਅੰਡਰ ਲਓ ਕਿਵੇਂ ਉਹਨੇ ਲਏ ਕਿਵੇਂ ਤੁਹਾਨੂੰ ਉਹਨੂੰ ਵਾਸ਼ ਕਰਨ ਦਾ ਤਰੀਕਾ ਦੱਸੂਗਾ ਹੈ ਨਾ ਤੁਹਾਨੂੰ ਖਾਣ ਦਾ ਤਰੀਕਾ ਦੱਸੂਗਾ ਮੋਸਟਲੀ ਹੁੰਦਾ ਪਰ ਲੈਣੇ ਨਹੀਂ ਚਾਹੀਦੇ ਹੈਗੇ ਸੁਪਰਬ ਸੁਪਰਬ ਟਿਪਸ ਬਾਈ ਕਰਤਾਰ ਚੀਮਾ ਜੀ ਹੁਣ ਮੱਛੀ ਡੰਡ ਮੱਛੀ ਡੰਡ ਤੈਰਨਾ ਆਪਾਂ ਹਾਂ ਇੱਥੇ ਡੁਬਕੀ ਮਾਰੀ ਇੱਥੇ ਪਾਣੀ 'ਚੋਂ ਬਾਹਰ ਨਿਕਲੇ ਫੇਰ ਆਏ ਫਿਰ ਡੁਬਕੀ ਮਾਰੀ ਫਿਰ ਪਾਣੀ 'ਚੋਂ ਬਾਹਰ ਨਿਕਲੇ ਫੇਰ ਆਏ ਆ ਜਦੋਂ ਇੱਥੇ ਗਏ ਆਪਾਂ ਭਾਜੀ ਚੈਸਟ ਆ ਗਈ ਇੱਥੇ ਸਟਮਕ ਇਨਕਲੂਡ ਹੋ ਗਿਆ ਇੱਥੇ ਸਟਮਕ ਫੇਰ ਅਤੇ ਸ਼ੋਲਡਰ ਇਨਕਲੂਡ ਹੋ ਗਏ ਇੱਥੇ ਟ੍ਰਾਈਸੈਪਸ ਵੀ ਇਨਕਲੂਡ ਹੋ ਗਏ ਕੰਪਲੀਟ ਐਕਸਰਸਾਈਜ਼ ਕਹਿ ਸਕਦੇ ਇਹਨੂੰ ਪਲੱਸ ਜਦੋਂ ਆਪਾਂ ਪਿੱਛੇ ਜਾਂਦੇ ਹਾਂ ਕਰਕੇ ਆਪਣੀ ਲੈਗਸ ਦੀ ਹੈਮਸਟ੍ਰਿੰਗ ਦੀ ਸਟ੍ਰੈਚਿੰਗ ਹੁੰਦੀ ਆ ਜਿਹਨਾਂ ਕੋਲ ਐਕਸਰਸਾਈਜ਼ ਨਾ ਲੱਗਦੀ ਹੈਗੀ ਉਹ ਇਕੱਲਾ ਸਟਮਕ ਲਾਉਣਾ ਚਾਹੁੰਦੇ ਆ ਸੋ ਉਹ ਮੰਜਾ ਟੇਢਾ ਕਰਕੇ ਵੀ ਲਾ ਸਕਦਾ ਜਿਹੜੀ ਮੈਂ ਮੰਜੇ ਨੂੰ ਟੇਢਾ ਕਰਕੇ ਲਾ ਲਓ ਅੱਛਾ ਪਿੰਡਾਂ ਦੇ ਵਿੱਚ ਜ਼ਰੂਰੀ ਨਹੀਂ ਹੈ ਬੈਂਚ 'ਤੇ ਲਾਉਣਾ ਸੋ ਇਹ ਹੈਗੀ ਇਹ ਵੀ ਸਟਮਕ ਦੀ ਹੈ